ਦੇ ਮੱਦੇਨਜ਼ਰ ਜਿੱਥੇ ਪੂਰੇ ਵਿਸ਼ਵ ਵਿੱਚ ਮਹਾਂਮਾਰੀ ਫੈਲੀ ਹੋਈ ਹੈ, ਜਦਕਿ ਸਾਰੇ ਭਾਰਤ ਵਿੱਚ ਕਰਫਿਊ ਅਤੇ ਲੋਕਡਾਊਨ ਚੱਲ ਰਿਹਾ ਹੈ, ਜਿਸ ਕਾਰਨ ਪੰਜਾਬ ਵਿੱਚ ਕਰਫਿਊ ਹੋਣ ਕਾਰਨ ਪੰਜਾਬ ਪੁਲਿਸ ਦਿਨੋ ਦਿਨ ਆਪਣੀਆਂ ਗਤੀਵਿਧੀਆਂ ਤੇਜ਼ ਕਰਦੀ ਨਜ਼ਰ ਆ ਰਹੀ ਹੈ। ਬਰਨਾਲਾ ਪੁਲਿਸ ਦੇ SSP ਸੰਦੀਪ ਗੋਇਲ ਵੱਲੋਂ ਇੱਕ ਵੱਡੀ ਪਹਿਲ ਕੀਤੀ ਗਈ ਹੈ। ਪੁਲਿਸ ਵੱਲੋਂ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਐਕਸ਼ਨ ਲੈਂਦਿਆਂ ਬਰਨਾਲਾ ਪੁਲਿਸ ਹੁਣ ਸ਼ਹਿਰ ਦੇ ਹਰ ਗਲੀ ਮੁਹੱਲੇ 'ਤੇ ਡਰੋਨ ਲਗਾ ਕੇ ਨਜ਼ਰ ਰੱਖੇਗੀ। ਜਾਣਕਾਰੀ ਦਿੰਦੇ ਹੋਏ SPD ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਕਰਫਿਊ ਦੇ ਮੱਦੇਨਜ਼ਰ ਲੋਕ ਬਿਨਾਂ ਕਿਸੇ ਕੰਮਕਾਰ ਤੋਂ ਸੜਕਾਂ 'ਤੇ ਘੁੰਮ ਫਿਰ ਰਹੇ ਨੇ। ਇਸ ਕਾਰਨ ਬਰਨਾਲਾ ਪੁਲਿਸ ਵੱਲੋਂ ਬਾਜ਼ਾਰਾਂ ਦੇ ਨਾਲ ਲੱਗਦੀਆਂ ਸਾਰੀਆਂ ਗਲੀਆਂ ਨੂੰ ਸੀਲ ਕੀਤਾ ਗਿਆ ਤਾਂ ਜੋ ਆਉਣ ਜਾਣ ਵਾਲੇ ਵਿਅਕਤੀ ਨੂੰ ਬੈਰੀਅਰ ਰਾਹੀਂ ਚੈਕਿੰਗ ਕਰਕੇ ਭੇਜਿਆ ਜਾਏ। ਪਰ ਫਿਰ ਵੀ ਲੋਕ ਗਲੀ ਮੁਹੱਲੇ ਵਿੱਚ ਇਕੱਠੇ ਹੋ ਰਹੇ ਨੇ ਅਤੇ ਸੋਸ਼ਲ ਡਿਸਟੈਂਸ ਦੀ ਪਰਵਾਹ ਨਹੀਂ ਕੀਤੀ ਜਾ ਰਹੀ। ਕਰਨੇ ਬਰਨਾਲਾ ਪੁਲਿਸ ਨੇ ਡਰੋਨ ਦੁਆਰਾ ਸ਼ਹਿਰ 'ਤੇ ਨਜ਼ਰ ਰੱਖਣ ਦਾ ਕੰਮ ਸ਼ੁਰੂ ਕੀਤਾ ਹੈ। ਇਹ ਸਾਰਾ ਕੰਮ DSP ਕ੍ਰਾਈਮ ਬ੍ਰਾਂਚ ਵਰਿੰਦਰਪਾਲ ਸਿੰਘ ਦੀ ਦੇਖਰੇਖ ਹੇਠ ਕੀਤਾ ਗਿਆ। ਪੁਲਿਸ ਵੱਲੋਂ ਸਰ ਡਰੋਨ ਦੇ ਨਾਲ ਸਰ ਸ਼ੁਰੂਆਤ ਕੀਤੀ ਗਈ ਹੈ, ਸਰ ਇਹਦਾ ਕੀ ਮਕਸਦ ਕੀ ਹੈ? ਸਰ ਇਹਦੇ ਜਿਹੜੇ ਬਾਜ਼ਾਰਾਂ ਦੇ ਵਿੱਚ ਪੁਲਿਸ ਪ੍ਰੈਜੈਂਸ ਸੀ, ਕਈ ਚਿੱਤਿੰਗ ਗਲੀਆਂ ਜਾਂ ਮੁਹੱਲਿਆਂ ਦੇ ਵਿੱਚ ਬੱਚੇ ਇਕੱਠੇ ਹੋ ਜਾਂਦੇ ਸੀ ਜਾਂ ਲੋਕ ਇਕੱਠੇ ਹੋ ਜਾਂਦੇ ਸੀ, ਜਿਹੜੇ ਤੋਂ ਮੇਨ ਟਾਰਗੇਟ ਹੈ ਕਿ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਤਾਂ ਕਿ ਇਹ ਕਰੋਨਾ ਨਾਂ ਦੀ ਬਿਮਾਰੀ ਫੈਲੇ ਨਾ, ਤਾਂ ਉਹਨਾਂ ਨੂੰ ਚੈੱਕ ਰੱਖਣ ਵਾਸਤੇ ਅਤੇ ਅਪਰਾਧੀ ਬੰਦਿਆਂ 'ਤੇ ਨਜ਼ਰ ਰੱਖਣ ਵਾਸਤੇ ਮਤਲਬ ਡਰੋਨ ਦੀ ਸੇਵਾ ਲਈ ਗਈ ਹੈ। ਇਹ ਅਸੀਂ ਸਾਰੇ ਬਰਨਾਲੇ 'ਚ ਜਿਹੜੇ 2-3 ਜਿਹੜੇ ਮੁਹੱਲੇ ਆ ਜਿਨ੍ਹਾਂ ਦੀ ਜ਼ਰੂਰਤ ਹੈ ਸਾਨੂੰ, ਉਹ ਅਸੀਂ 3 ਅਲੱਗ ਅਲੱਗ ਥਾਵਾਂ 'ਤੇ ਲੋਕੇਸ਼ਨਸ 'ਤੇ ਪਹਿਲਾਂ ਡਰੋਨ ਭੇਜੇ। ਅਤੇ ਸਰ ਇਹਦਾ ਜਿਹੜਾ ਸਰ ਕੰਟਰੋਲ ਹੋਏਗਾ ਸਰ, ਉਹ ਕੰਟਰੋਲ ਰੂਮ ਦੇ ਨਾਲ ਹੋਏਗਾ ਆਪਣੇ ਪੁਲਿਸ ਦੇ ਨਾਲ, ਸਰ ਕੀ ਪੈਣੀ ਆਖਣਾ? ਇਹਨਾਂ ਦਾ DSP ਮੋਨੀਟਰ ਕਰ ਰਿਹਾ ਵਰਿੰਦਰਪਾਲ ਜੀ, ਉਹ ਸਾਰੀ ਇਹਨਾਂ ਦੀ ਜਿਹੜਾ ਇਹਨਾਂ ਤੋਂ ਡਾਟਾ ਆਉਂਦਾ ਹੈ ਉਹਨਾਂ ਨੂੰ ਸਰਵਿਸ ਕਰਨਗੇ, ਜਿੱਥੇ ਜਿਹਦੀ ਜ਼ਰੂਰਤ ਹੋਏਗੀ ਉਹਦੇ ਖਿਲਾਫ਼ ਕਾਨੂੰਨੀ ਕਰਨਗੇ। ਅਤੇ ਸਰ ਇਹਨਾਂ ਦੇ ਥਰੂ ਆਪਾਂ ਮੈਸੇਜ ਕੀ ਦੇਣਾ ਚਾਹੁੰਦੇ ਸਰ ਪਬਲਿਕ ਨੂੰ? ਮੈਸੇਜ ਇਹ ਹੈ ਵੀ ਫਸਟ ਤਾਂ ਇਹ ਹੈ ਵੀ ਨਿਗਰਾਨੀ ਦੀ ਸਾਨੂੰ ਜ਼ਰੂਰਤ ਹੈ, ਸਰਵੀਲੈਂਸ ਦੀ ਸਾਨੂੰ ਚਾਹ 'ਤੇ ਨਿਗਰਾਨੀ, ਲਾਅ ਐਂਡ ਆਰਡਰ ਲਈ ਵੀ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕਣ ਲਈ ਵੀ, ਜੇ ਕੋਈ ਸ਼ਰਾਰਤ ਕਰਦਾ ਜਾਂ ਕੋਈ ਨਾ ਸਮਝ ਇਕੱਠੇ ਹੋ ਜਾਂਦੇ ਆ ਤਾਂ ਉਹਨਾਂ ਨੂੰ ਫਸਟ ਸਮਝਾਉਣ ਵਾਲਾ ਤਰੀਕਾ, ਜੇ ਕੋਈ ਇਹੋ ਜਿਹਾ ਗੈਰ ਕਾਨੂੰਨ ਹੱਟਦਾ ਹੀ ਨਹੀਂ ਤਾਂ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ, ਇਹ ਬਤੌਰ ਸਬੂਤ ਵੀ ਹੈ। ਅਤੇ ਲੋਕਾਂ 'ਚ ਮੈਸੇਜ ਦੇਣ ਦਾ ਵੀ ਆਪੋ ਆਪਣੇ ਘਰਾਂ 'ਚ ਬੈਠਣ ਜਾਂ ਕੋਈ ਸ਼ਰਾਰਤ ਹੋ ਜਾਵੇ। ਅਤੇ ਸਰ ਦੇਖਿਆ ਜਾਵੇ ਸਰ ਪੁਲਿਸ ਦਿਨ ਪ੍ਰਤੀ ਦਿਨ ਅਲਰਟ ਹੁੰਦੀ ਜਾ ਰਹੀ ਹੈ, ਸਰ ਉਸਦਾ ਕੀ ਕਾਰਨ ਕੀ ਹੈ? ਸਰ ਅਸਲ 'ਚ ਇਹ ਹੈ ਜਿਵੇਂ ਜਿਵੇਂ ਇਸ ਦੀ ਆਪਾਂ ਸਟੇਜ ਸਮਝ ਰਹੇ ਹਾਂ ਵੀ ਅਗਲੇ ਜਿਹੜੇ 5-7 ਦਿਨ ਆ ਉਹ ਬਹੁਤ ਜ਼ਿਆਦਾ ਸੈਂਸਿਟਿਵ ਹੈ ਅਤੇ ਆਪਾਂ ਨੂੰ ਹੋਰ ਅਲਰਟ ਹੋਣ ਦੀ ਲੋੜ ਹੈ, ਅਤੇ ਕਿਤੇ ਇਹ ਨਾ ਹੋਵੇ ਇੰਨੇ ਦਿਨਾਂ ਦੀ ਤਪੱਸਿਆ ਸਾਰਿਆਂ ਦੀ, ਲੋਕਾਂ ਦਾ ਅੰਦਰ ਰਹਿਣਾ, ਪੁਲਿਸ ਦੀ, ਡਾਕਟਰਾਂ ਦੀ ਮਿਹਨਤ, ਅਤੇ ਉਹ ਸਾਰੀ ਕਿਸੇ ਇੱਕ ਬੰਦੇ ਦੀ ਗਲਤੀ ਕਰਕੇ ਹੈ, ਇਸ ਲਈ ਮਤਲਬ ਦਿਨੋਂ ਦਿਨ ਜ਼ਿਆਦਾ ਅਲਰਟ। ਬਰਨਾਲਾ ਤੋਂ ਹਿੰਮਤ ਰਾਏ ਕਰ ਰਿਪੋਰਟ।